ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੀਰਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਬਿਲਕੁਲ ਦੋਸਤੋ, ਅਮਰਕੋਟ ਦੇ ਨਾਲ ਲੱਗਦਾ ਪਿੰਡ ਹੈਗਾ ਮੀਰਕੇ। ਚੀਮਾ ਪਿੰਡ ਥੋੜ੍ਹੀ ਦੂਰੀ 'ਤੇ ਆ, ਆਸਰ ਭੂਰੇ ਪਿੰਡ ਬਿਲਕੁਲ ਨਾਲ ਹੈਗੇ ਆ। ਬੁਲਟੋਏ ਦੀ ਦੂਰੀ ਤਕਰੀਬਨ ਕੋਈ 4 ਕਿਲੋਮੀਟਰ ਦੀ ਹੈਗੀ ਹੈ, 5 ਕਿਲੋਮੀਟਰ ਦੀ। ਅਤੇ ਖਾਸ ਵਿਜਿਟ ਜਿਹੜੀ ਹੈਗੀ ਆ ਤੁਸੀਂ ਪਿੰਡ ਮੀਰਕੇ ਕਰਨੀ ਹੈਗੀ ਆ। ਵੀਰ ਬੂਟੇ ਸਿੰਘ ਕੋਲ ਆਏ ਹਾਂ ਦੋਸਤੋ। ਬੂਟਾ ਵੀਰ ਦਾ ਜਿਹੜਾ ਗੱਲ ਕਰੀਏ, ਪਿਛੋਕੜ ਦੀ ਗੱਲ ਕਰੀਏ, ਅਤੇ ਇੱਕ ਵਪਾਰ ਲਾਈਨ ਵੀ ਹੈਗੀ ਆ, ਵਿਕਰੀ ਵਾਲੇ ਪਸ਼ੂ ਆ। ਪਹਿਲਾਂ ਵੀ ਜਿਹੜੇ ਦੋਸਤੋ ਇਸ ਘਰ ਆਉਂਦੇ ਰਹਿੰਦੇ ਆ, ਅਤੇ ਇਸ ਵਾਰ ਤੁਹਾਨੂੰ ਅੱਜ ਜਿਹੜੀ ਦੋਸਤੋ ਇਸ ਵੀਡੀਓ ਦੇ ਵਿੱਚ 3 ਆਪਾਂ ਵੜਾਂ ਦਿਖਾ ਦਾਂਗੇ। ਪੂਰੀ ਇਨਫੋਰਮੇਸ਼ਨ ਆ ਵੀਰ ਬੂਟੇ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ। ਸੋ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਸਮਝਣ ਦੇ ਲਈ, ਤੁਸੀਂ ਵੇਖਣ ਦੇ ਲਈ ਜਿਹੜਾ ਦੋਸਤੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖ ਲਿਓ, ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ। ਅਤੇ ਕੁਝ ਨਵੇਂ ਫਾਰਮਰ ਜਿਹੜੇ ਵੀਰ ਆਪਣੇ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਦੋਸਤੋ ਆਪਣੇ ਚੈਨਲ ਨੂੰ ਜਿਹੜਾ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਔਲ 'ਤੇ ਸੈੱਟ ਕਰ ਲਿਓ, ਤਾਂ ਜੋ ਅੱਗੇ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅਤੇ ਅੱਜ ਦੋਸਤੋ ਆਪਾਂ 3 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ। ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ, ਸ਼ਾਮ ਦਾ ਜਿਹੜਾ ਸਮਾਂ ਹੈਗਾ ਕੋਈ 2:30 ਵਜੇ ਦਾ, ਜਿਹੜਾ ਦੋਸਤੋ ਸ਼ਾਮ ਦਾ ਸਮਾਂ, ਦੁਪਹਿਰ ਦਾ ਸਮਾਂ, ਠੀਕ ਆ। ਅਤੇ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਹਾਂ, ਵਿਹੜਾ ਤੁਹਾਨੂੰ ਪਸੰਦ ਆਉਣਗੀਆਂ। ਬਾਕੀ ਜਿਹੜਾ ਐਨੀਮਲ, ਹਰ ਵਾਰ ਦੀ ਤਰ੍ਹਾਂ ਇੱਕ ਰਿਕੁਐਸਟ ਹੁੰਦੀ ਆ ਵੀ ਜਿਹੜਾ ਐਨੀਮਲ ਤੁਹਾਨੂੰ ਖਾਸ ਤੌਰ 'ਤੇ ਪਸੰਦ ਆਊਗਾ, ਉਹਦੀ ਨਰਖ ਪਰਖ ਤਸੱਲੀ ਆ, ਚਵਾਈ ਆ, ਜਿਹੜੇ ਪਸ਼ੂ ਸੂਣ ਵਾਲੇ ਆ ਉਹਨਾਂ ਨੂੰ ਤਿੱਪ ਕੇ ਤਸੱਲੀ ਆ, ਕਿਉਂ ਥਾਣਾਂ ਦੀ ਆਪਣੀ ਘਰ ਵਿਜਿਟ ਕਰਕੇ ਤੁਸੀਂ ਕਰਨੀ, ਆਪਣਾ ਹੱਕ ਸਮਝ ਕੇ ਜ਼ਰੂਰ ਜਿਹੜਾ ਦੋਸਤੋ ਕ੍ਰਟੇਰੀਆ ਪੂਰਾ ਕਰ ਲਿਓ, ਠੀਕ ਆ। ਆਓ ਕਰਦੇ ਹਾਂ ਗੱਲਬਾਤ ਵੀਰ ਬੂਟੇ ਦੇ ਨਾਲ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਹੈ। ਹਾਂਜੀ, ਸਭ ਤੋਂ ਪਹਿਲਾਂ ਵੀਰ ਬੂਟੇ ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ? ਵਧੀਆ ਵਧੀਆ, ਚੜ੍ਹਦੀ ਕਲਾ, ਠੀਕ ਆ। ਅਤੇ ਵੀਰ ਅੱਜ ਪਸ਼ੂ ਆਪਣੇ ਕੋਲ 3 ਬਕਾਊਗਾ ਜੀ, ਇੱਕ ਆਪਣੀ ਹਾਂਜੀ, ਅਤੇ ਮੱਝਾਂ ਵੀ ਸੀ ਤੁਸੀਂ? ਹਾਂ, ਮੱਝਾਂ ਦੋ ਮੱਝਾਂ ਸੇਲ ਹੋ ਚੁੱਕੀ, ਸੇਲ ਹੋ ਚੁੱਕੀਆਂ। ਹਾਂਜੀ ਹਾਂਜੀ, ਠੀਕ ਹੈ ਵੀਰੇ। ਅਤੇ ਵੀਰ ਬੂਟੇ ਪਹਿਲੇ ਨੰਬਰ 'ਤੇ ਆਪਾਂ ਇੱਥੋਂ ਸਟਾਰਟ ਕਰ ਲਈਏ। ਹਾਂਜੀ ਹਾਂਜੀ, ਵੀ ਇਹ ਵੱਛੀ ਦੱਸੋ ਮਾੜਾ ਜਿਹਾ ਵੀ ਸੂਆ ਜਿੱਥੇ ਦੂਜੇ ਸੂਏ ਆ। ਹਾਂਜੀ, ਤੇ ਪਹਿਲੇ ਸੂਏ 16-17 ਲੀਟਰ ਦੁੱਧ ਦਿੰਦੀ ਰਹੀ ਹੈ ਪਹਿਲੇ ਸੂਏ। ਹਾਂਜੀ ਹਾਂਜੀ, ਬਾਕੀ ਠੰਡੀ ਸੀਲ ਸੂਲ ਬਹੁਤ ਜ਼ਿਆਦਾ ਆ, ਜੇ ਬਣਦੇ ਇਹਨਾਂ 8 ਲੈ ਜੂਗੀ, ਪੰਤਰ ਪੰਤਰ ਚੰਗੀ ਆ ਜੀ। ਠੀਕ ਹੈ ਜੀ। ਹਾਂਜੀ, ਦੂਜਾ ਸੂਆ 16? ਹਾਂ, ਦੂਜਾ ਸੂਆ 16। ਤੇ ਸਮਾਂ ਇੱਕ ਹਫਤਾ ਦੱਸਿਆ ਜੀ? ਹਫਤਾ ਲੈ ਜੂ। ਹਾਂਜੀ ਹਾਂਜੀ, ਠੀਕ ਹੈ। ਅਤੇ ਹਾਈਟ ਜਿਹੜੀ ਆ ਦੋਸਤੋ, ਮੈਂ ਤੁਹਾਨੂੰ ਥੋੜ੍ਹੀ ਦੂਰੀ ਤੋਂ ਦਿਖਾ ਦਿੰਦਾ ਵੀ ਮੀਡੀਅਮ ਹਾਈਟ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ। ਅਤੇ ਇਸ ਤੋਂ ਬਾਅਦ ਜਿਹੜੀ ਇੱਕ ਸੈਕੰਡ ਤੁਹਾਨੂੰ ਮੈਂ ਵਿਹੜ ਦਿਖਾਊਂਗਾ, ਉਹ ਕੱਦ ਦੀ ਘੱਟੋ ਘੱਟ ਵੀ ਗਿੱਠ ਉੱਚੀ ਆ, ਇਹ ਮੀਡੀਅਮ ਹਾਈਟ ਆ। ਅਤੇ ਥਣਲੇਵਾ ਤੁਸੀਂ ਵੇਖੋਗੇ ਬਹੁਤ ਚੰਗਾ, ਚੰਗੀ ਸੋਹਣੀ ਬਿਰਲ ਬੁਰਲ ਦੇ ਵਿੱਚ ਸੰਧੂ ਸਾਹਿਬ ਰਾਜੀ ਰੂਜੀ ਚੰਗੀ ਆ, ਰਾਜੀ ਪੂਰੀ ਆ। ਹਾਂਜੀ, ਆਹ ਦੇਖੋ ਜੀ, ਬਾਕੀ ਜਿਵੇਂ ਗਾਵਾਂ ਗਈ ਭੁੜਕੀ ਭੜਕੀ ਜਾਂਦੀਆਂ, ਉਹ ਕਾਰਨ ਹੀ ਨਹੀਂ ਕੋਈ ਹੈਗਾ ਅੱਜ, ਲੱਟ ਹੋਣਾ ਬਣੀਆਂ ਇਹ ਬਣੂਗੀ। ਹਾਂਜੀ, ਪੂਰਾ ਇੱਕ ਹਫਤਾ ਹਿੱਲ ਜਾਂਦੀ ਆ, ਹਫਤਾ ਆ ਗਿਆ। ਤੇ ਹਫਤੇ ਵਿੱਚ ਜਿਹੜਾ ਦੋਸਤੋ ਤੁਸੀਂ ਵੇਖੋ ਢਿੱਲ ਢੁੱਲ ਜੇ, ਮਗਰ ਦੀ ਗੱਲ ਕਰੀਏ ਨਾ, ਢਿੱਲਾ ਢੁੱਲਾ ਬਹੁਤ ਨਿਕਲ ਜਾਂਦਾ, ਬਾਕੀ ਜਿਹੜਾ ਡੰਗਰ ਗਾਂ ਲਊ 45 ਆ ਨਾ, ਬਸ ਜਲਦੀ ਖੁਸ਼ੀ ਪਾਵੇ। ਆਹ ਫੇਸ ਕੁਆਲਿਟੀ ਇੱਕ ਵਾਰੀ ਦੇਖੋ, ਆਹ ਕਰੋ ਚੈੱਕ ਜੀ, ਠੀਕ ਆ। ਅਤੇ ਥਣ ਥੁਣ ਜਿਹੜਾ ਦੋਸਤੋ ਬਹੁਤ ਵਧੀਆ ਹੈ। ਅਤੇ ਪਹਿਲੇ ਸੂਏ ਵੀ 15-16 ਲੀਟਰ ਦੁੱਧ ਚਵਾਇਆ ਇਹਨੇ, ਹੈ ਨਾ ਵੀਰ? ਹਾਂਜੀ ਹਾਂਜੀ, ਘਰ ਹੀ ਚਵਾਇਆ, ਵਪਾਰ ਲੈਣ ਦੇ ਵਿੱਚ ਤਾਂ ਮਨ ਮੁਣ ਤੁਹਾਨੂੰ ਪਤਾ ਵੱਧ ਹੋ ਜਾਂਦਾ ਵੱਧ ਘੱਟ। ਹਾਂਜੀ ਬਿਲਕੁਲ। ਹਾਂਜੀ, ਅਤੇ ਇਹ ਵੀਰ ਜੀ ਇੱਕ ਜੇਕਰ ਆਪਾਂ ਲੈਣ ਦੇਣ ਦੀ ਗੱਲ ਕੀਤੀ ਆ ਵਿਕਰੀ ਵਾਲਿਆਂ ਪਸ਼ੂਆ, ਅਤੇ ਕਿੰਨਾ ਕੁ ਮੁੱਲ ਹੈਗਾ ਇਹਦਾ? ਵੀਰ ਜੀ ਮੁੱਲ ਆਪਾਂ ਸਹੀ ਵੇਖ ਕਰਦਾ, ਹਾਂਜੀ ਮੁੱਲ ਆ 56,000 ਦੀ ਵੜਦੀ। 58 ਦੀ? 58,000 ਦੀ ਵੜ, ਜਿਹੜਾ ਦੇਣ ਲੈਣ ਵਾਲਾ? ਹਾਂ, ਦੇਣ ਲੈਣ ਵਾਲਾ ਗੱਲ, ਠੀਕ ਆ। 58,000 ਜਿਹੜਾ ਦੋਸਤੋ ਦੇਣ ਲੈਣ ਵਾਲਾ ਹੈ, ਜੇਕਰ ਆਪਾਂ ਡਿਮਾਂਡ ਜਿੰਨਾ ਪਲੀ ਪੁਲੀ ਆ ਗਈ ਵੀ ਦੁੱਧ 22-23 ਲੀਟਰ ਕੱਢੂਗੀ, ਵੜ ਹੱਸ ਕੇ ਕੱਢੂਗੀ। ਹਾਂਜੀ, ਬਾਕੀ ਵੀਰ ਬੂਟਾ ਕਹਿੰਦਾ ਵੀ 22 ਲੀਟਰ ਦੀ ਕਪੈਸਿਟੀ ਜਿਹੜੀ ਰਹੂਗੀ ਇਸ ਵੈਟ ਦੀ। ਅਤੇ ਪਹਿਲੇ ਸੂਬੇ ਕਿਉਂਕਿ 15-16 ਲੀਟਰ ਜਿਹੜਾ ਦੁੱਧ ਦਿੱਤਾ ਹੈ,
ਅਤੇ ਡਿਮਾਂਡ ਜਿਹੜੀ ਆ ਦੋਸਤੋ ਬਿਲਕੁਲ ਜਿਹੜੀ ਹਾਂ ਨਾ ਜਿਹੜੀ ਆ ਉਹ 58,000 ਆ, ਠੀਕ ਆ। ਅਤੇ ਡਿਮਾਂਡ ਕਰਾਉਣ ਨੂੰ ਜਿੰਨੀ ਮਰਜ਼ੀ ਉੱਪਰ ਭਾਵੇਂ 60-62 ਕਰਾਈ ਜਾਓ, 58,000 ਦੇ ਵਿੱਚੋਂ ਜੇਕਰ ਤੁਹਾਡਾ ਤਾਲਮੇਲ ਬਹਿੰਦਾ ਅਤੇ ਵਿੱਚੋਂ ਮਾਨਤਾਨ ਜਿਹੜਾ 58,000 ਦੇ ਵਿੱਚੋਂ ਵੀ ਮਾਨਤਾਨ ਹੋਊਗਾ। ਚਲੋ ਛੋਟ ਛਾਪਾ ਹੁੰਦਾ ਹੀ ਆ ਵੀਰ ਜੀ, ਛੋਟ ਛਾਪਾ ਜਿਹੜਾ ਮਾਨਤਾਨ ਹੁੰਦਾ ਘਰੇ ਆਏ ਦਾ ਘਰ ਆਏ ਉਹ ਤਾਂ ਕਰਨਾ ਪੈਂਦਾ, ਬਿਲਕੁਲ ਉਹ ਕਰਾਂਗੇ ਜ਼ਰੂਰ, ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਠੀਕ ਆ, ਇਹਨੂੰ ਖੁੱਲ੍ਹ ਗਈ ਵੀਰ ਜੀ, ਦਿਖਾਈਏ ਤੋਰ ਕੇ। ਸੋ ਦੋਸਤੋ ਬਾਕੀ ਵੇਖੋ ਤੁਸੀਂ ਨਿੱਗਰ ਪਿੰਡੇ ਦੀ ਆ, ਅਤੇ ਆਹ ਵੇਖੋ ਹਰ ਪਾਸਿਓਂ ਰਾਜੀ ਆ, ਠੀਕ ਆ ਜੀ, ਅਤੇ ਮੀਡੀਅਮ ਹਾਈਟ ਆ। ਥਣਨੇਵਾ ਤੁਸੀਂ ਜਿਹੜਾ ਦੋਸਤੋ ਜਜਮੈਂਟ ਕਰ ਸਕਦੇ ਜੇ ਵੀ ਇੱਕ ਹਫ਼ਤਾ ਹਜੇ ਪੇਂਡਿੰਗ ਆ, ਠੀਕ ਆ, ਇੱਕ ਹਫ਼ਤਾ ਹਜੇ ਸਮਾਂ ਪਿਆ ਹੈ ਸੂਣ ਦੇ ਵਿੱਚ। ਅਤੇ ਇਹ ਜਾਲ ਸੰਧੂ ਸਾਹਿਬ ਠੰਡੀ ਠੁੰਡੀਆਂ ਬੜੀਆਂ ਹੁੰਦੀਆਂ, ਜਿਸ ਤਰ੍ਹਾਂ ਮਰਜ਼ੀ ਭਾਵੇਂ ਥੱਲੇ ਤੁਰਨ ਵਾਲੀ ਗੱਲ ਆ, ਥੱਲੇ ਭੱਜੇ ਫਿਰੋ ਗੱਲਾਂ ਜਿਸ ਤਰ੍ਹਾਂ ਮਰਜ਼ੀ ਆ, ਢਿੱਲ ਬਹੁਤ ਜ਼ਿਆਦਾ ਆ ਜੀ, ਢਿੱਲ ਬਹੁਤ ਜ਼ਿਆਦਾ, ਹਾਂ ਬਣੂ ਪੂਰੀ ਵੈਟ। ਸੋ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ, ਅਤੇ ਥਣਨੇਵਾ ਵਧੀਆ। ਹਵਾਨਾ ਤੁਸੀਂ ਹੋਰ ਵੇਖ ਸਕਦੇ ਹੋ ਵੀ ਹਜੇ ਇੱਕ ਹਫ਼ਤੇ ਦੇ ਦੌਰਾਨ ਥੋੜ੍ਹਾ ਜਿਹਾ ਹੋਰ ਖੋਲ੍ਹ ਲੂਗੀ ਲੇਵੇ ਨੂੰ। ਅਤੇ ਬਿਲਕੁਲ ਨਿੱਗਰ ਜਿਹੜਾ ਦੋਸਤੋ ਪਿੰਡ ਆ, ਠੀਕ ਆ, ਆਹ ਬੋਡੀ ਬਣਤਰ ਵੇਖੋਗੇ ਤਾਂ ਪੂਰੀ ਰਾਜੀ ਆ, ਠੀਕ ਆ। ਅਤੇ ਹਾਈਟ ਵੀ ਮੈਂ ਤੁਹਾਨੂੰ ਜਿਹੜੀ ਮੈਨਸ਼ਨ ਕਰਤੀ ਆ, ਇੱਕ ਵਾਰੀ ਤੁਹਾਨੂੰ ਮੈਂ ਨੇੜੇ ਤੋਂ ਫਿਰ ਇੱਕ ਵਾਰੀ ਥਣ ਦਿਖਾ ਦਿੰਦਾ, ਆਹ ਦੇਖੋ ਜੀ, ਆਹ ਕਰੋ ਚੈੱਕ, ਠੀਕ ਆ। ਵੱਛੀ ਤੁਹਾਨੂੰ ਜਿਹੜੀ ਵੈਟ ਦੋਸਤੋ ਇਹ ਪਸੰਦ ਆਊਗੀ, ਆਪਣੀ ਗੱਲਬਾਤ ਤੁਸੀਂ ਕਰਕੇ ਸੌਦਾ ਕਰ ਸਕਦੇ ਹੋ। ਅੱਗੇ ਨੈਕਸਟ ਇੱਕ ਹੋਰ ਤੁਹਾਨੂੰ ਵੈਟ ਦਿਖਾਉਣੀ ਆ, ਅਤੇ ਕਮਾਲ ਦੀ ਆ, ਠੀਕ ਆ। ਹਵਾਨੇ ਦੀ ਕੁਆਲਿਟੀ ਵੇਖੋਗੇ ਤਾਂ ਬਹੁਤ ਖੂਬਸੂਰਤ ਆ, ਅਤੇ ਬਿਲਕੁਲ ਤਿਆਰੀ ਦੇ ਵਿੱਚ ਲੱਗਦੀ ਹੈ, ਬਾਕੀ ਗੱਲਬਾਤ ਕਰਦੇ ਹਾਂ। ਲੈ ਜੂਗੀ ਅਜੇ ਲੈਣੇ ਬਹੁਤ ਬਣਦੀ ਹੈ ਵੈਟ ਨਾ, ਪਹਿਲੇ ਸੂਏ ਦੀ 22-23 ਲੀਟਰ ਦੀ ਆ, ਐਦਕੇ ਆ ਟਿਲੰਡੂ ਲਾਣੇ ਕੱਢ ਜਾਣੀਆਂ, ਠੀਕ ਹੈ ਜੀ। ਹਾਂਜੀ ਹਾਂਜੀ, ਬਾਕੀ ਵੈਟ ਲੱਗਣ ਤੋਂ ਕੋਈ ਚੱਕੀ ਬੋਲੀ ਪਰ ਨਹੀਂ, ਬਿਲਕੁਲ ਚੰਗਾ ਸਰ ਜੀ। ਪੂਰੀ ਤਸੱਲੀ ਵਾਲੀ ਜਿਹੜੀ ਦੋਸਤੋ ਇਹ ਵੀ ਵੈਡ ਹੈਗੀ ਆ, ਇੱਕ ਵਾਰੀ ਆ ਬੈਕ ਸਾਈਡ ਤੋਂ ਵੇਖੋ ਤੇ ਪੂਰੀ ਜਾਤ ਪਾਤ ਵਾਲੀ ਆ, ਕਰੋ ਚੈੱਕ। ਲਓ ਜੀ ਵੀਰੇ ਵੀ ਖੁੱਲ੍ਹ ਗਏ, ਦਿਖਾਈਏ ਪਹਿਲੇ ਸੂਏ ਕਿੰਨੀ ਕੁ ਮਿਲਕ ਦੀ ਦੱਸੀ ਜੀ ਕਪੈਸਿਟੀ ਰਹੀ ਆ? 22 ਲੀਟਰ ਆਪਾਂ ਹੁੰਦਾ ਸੱਜਣੋ ਨਾਲ ਗਵਾਂਢੀ ਦਾ ਉਹਨਾਂ ਲਿਆਂਦੀ ਆ, ਉਹਦਾ 22 ਲੀਟਰ ਪਹਿਲੇ ਸੂਏ ਕੱਢਿਆ। ਲਓ ਵੀ ਦੋਸਤੋ ਬਣ ਗਈ ਜੇ ਗੱਲ, ਅਤੇ 20 ਤੋਂ ਪਲੱਸ ਜਿਹੜੀ ਪਹਿਲੇ ਸੂਏ ਚੱਲੀ ਆ, ਠੀਕ ਆ। ਹੁਣ ਦੂਜਾ ਸੂਆ ਹੈ ਅਤੇ ਬਿਲਕੁਲ ਫਿਕਸ ਜਿਹਾ ਆਰਡਰ ਆਪਾਂ ਕਹਾਂਗੇ ਵੀ ਹੈਵੀ ਆਰਡਰ ਆ, ਐਕਸਟਰਾ ਆਰਡਨਰੀ ਜਿਹੜਾ ਆਰਡਰ ਲੱਗਾ ਹੈਗਾ ਬੈਟ ਦੇ, ਅਤੇ ਬਿਲਕੁਲ ਐਨ ਪੱਟਾਂ ਦੇ ਵਿਚਕਾਰ ਜਿਹੜਾ ਦੋਸਤੋ ਕੁਆਲਿਟੀ ਤੁਸੀਂ ਆਹ ਦੇਖ ਸਕਦੇ ਹੋ, ਸਟਰਕਚਰ ਹਵਾਨੇ ਦਾ ਬਹੁਤ ਸੋਹਣਾ, ਠੀਕ ਹੈ। ਅਤੇ 20 ਤੋਂ ਪਲੱਸ 22 ਜਿਹੜਾ ਪਹਿਲੇ ਸੂਬੇ ਦੇ ਵਿੱਚ ਮਿਲਕ ਪਾਇਆ ਇਹਨੇ, ਅਤੇ ਇਸ ਵਾਰ ਤੁਸੀਂ ਜਿਹੜੀ ਦੋਸਤੋ ਜਜਮੈਂਟ ਕਰ ਲਓ, ਬਾਕੀ ਸੇਵਾ ਦਾ ਦੁੱਧ ਹੁੰਦਾ, ਬਾਕੀ ਕੁਆਲਿਟੀ ਖੂਬਸੂਰਤ ਆ, ਠੀਕ ਆ ਜੀ। ਅਤੇ ਤਿਆਰੀ ਦੇ ਵਿੱਚ ਆ ਵੀਰਾਂ ਦਾ ਵੀ ਘੱਟੋ ਘੱਟ 2-3 ਕੁ ਦਿਨ ਦਾ ਸਮਾਂ ਹਜੇ ਲੈ ਕੇ ਜਾਊਗੀ, ਠੀਕ ਆ। ਅਤੇ ਹੋ ਸਕਦਾ ਵੀ ਜਿਹੜੇ ਵੀਰ ਅੱਗੇ ਲੈ ਕੇ ਜਾਣ ਸਫ਼ਰ ਦੇ ਵਿੱਚ ਜਾਂਦਿਆਂ ਵੀ ਸੂ ਸਕਦੀ ਹੈ, ਕਿਉਂਕਿ 1-2 ਦਿਨ ਬਹੁਤ ਵਧੀਆ, ਬਿਲਕੁਲ ਜੀ ਬਿਲਕੁਲ। ਅੱਛਾ ਵੀਰ ਜੀ ਕਿੰਨੀ ਕੁ ਡਿਮਾਂਡ ਫਿਰ ਇਸ ਦਾ ਲੈਣ ਦੇਣ ਕੀ ਕੀਤਾ? ਕੋਈ ਮਹਿੰਗੀ ਨੀ, ਠੀਕ ਆ, ਠੰਡੀ ਠੁੰਡੀ ਜਿਸ ਤਰ੍ਹਾਂ ਮਰਜ਼ੀ ਛੱਡ ਕੇ ਖਲੋ, ਚਲੋ ਕਾਰ ਦੀ ਨਿਗਾਹ ਕੇ ਉਨੀ ਕੀ ਕਰਦੇ। ਹਰ ਕੱਡੇ ਦਾ ਰੇਟ ਹਰ ਇੱਕ ਥਾਂ ਤੋਂ ਉਵੇਂ ਦਾ ਪਸ਼ੂ ਨਹੀਂ ਮਿਲਦਾ ਹੈਗਾ,
ਤੇ ਬਾਕੀ ਆ ਤੁਸੀਂ ਵੇਖ ਸਕਦੇ ਹੋ ਇਹ 80 ਕਹਿ ਲੈਂਦੇ ਵੀਰ ਤਾਂ ਵੀ ਸੱਚ ਸੀਗਾ, 85 ਹੋ ਜਾਂਦਾ ਫਿਰ ਵੀ ਸੱਚ ਹੀ ਆ ਦੋਸਤੋ, ਕਿਉਂਕਿ ਕੁਆਲਿਟੀ ਜਿਹੜੀ ਆ ਜਦੋਂ ਐਵੇਂ ਦੀ ਦੇਖਦੇ ਹਾਂ ਆਪਾਂ ਤੇ ਮੂੰਹ ਮੰਗਿਆ ਜਿੰਨਾ ਵੀ ਮੁੱਲ ਵੀਰ ਡਿਮਾਂਡ ਕਰਦੇ ਆ ਤੇ ਬਹੁਤੇ ਵੀਰ ਜਿਹੜਾ ਦੋਸਤੋ ਭਰਦੇ ਵੀ ਹੈਗੇ ਆ ਰੇਟ ਚੰਗਾ ਪਸ਼ੂ ਲੈਣ ਦੀ ਖਾਤਰ। ਤੇ ਇੱਥੇ 75,000 ਤਾਂ ਡਿਮਾਂਡ ਕੀਤੀ ਹੈ ਤੇ ਲੈ ਦੇ 72,000 ਆ, ਠੀਕ ਆ, 72,000 ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਣੀ ਹੈ ਤੇ ਬਿਲਕੁਲ ਆ ਤੁਸੀਂ ਵੇਖ ਸਕਦੇ ਹੋ ਸ਼ਾਨਦਾਰ ਕੁਆਲਿਟੀ ਹੈ, ਠੀਕ ਆ ਜੀ, ਬਿਲਕੁਲ ਆ ਦੇਖ ਸਕਦੇ ਹੋ ਸ਼ਾਨਦਾਰ ਕੁਆਲਿਟੀ, ਸੈਕਿੰਡ ਬਿਆਨ ਤਾਂ ਬਿਆਨੇ ਵਾਲੀ ਹੈ, ਠੀਕ ਹੈ ਤੇ ਠੀਕ ਹੈ ਵੀਰ ਜੀ, ਠੀਕ ਆ ਤੇ 72,000 ਦੀ ਹੋਜੂਗੀ। ਹਾਂ ਓਕੇ ਜੀ ਓਕੇ, ਆ ਜਾਓ। ਇਸ ਤੋਂ ਬਾਅਦ ਇੱਕ ਤੀਜੇ ਨੰਬਰ 'ਤੇ ਜਿਹੜੀ ਦੋਸਤੋ ਮੈਂ ਤੁਹਾਨੂੰ ਮੱਛੀ ਦਿਖਾਉਣੀ ਆ, ਪਹਿਲਣ ਮੱਛੀ ਆ, ਠੀਕ ਆ, ਮੱਛੀ ਪਹਿਲਣ ਆ ਤੇ ਚਾਲੀ ਕੁ ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ ਬਰਾਬਰੂ ਚੰਗਾ ਜੀ, ਬਹੁਤ ਜ਼ਿਆਦਾ ਵਧੀਆ ਵੇਖੋ ਦੋਸਤੋ ਬੋਦੀ ਵਾਲੀ ਮੱਛੀ ਆ ਪੂਰੀ ਜਾਤ ਵਿੱਚ ਆ, ਆਹ ਵੇਖੋ ਜੀ, ਠੀਕ ਆ ਤੇ ਪਹਿਲਾਂ ਆਪਾਂ ਖੋਲ੍ਹ ਕੇ ਤੁਹਾਨੂੰ ਦਿਖਾਉਂਦੇ ਹਾਂ, ਉਸ ਤੋਂ ਬਾਅਦ ਜਿਹੜਾ ਰੇਟ ਪੁੱਛਦੇ ਹਾਂ ਵੀਰ ਤੋਂ ਕੀ ਡਿਮਾਂਡ ਰਹੂਗੀ। ਇੱਕ ਵਾਰੀ ਜਿਹੜੀ ਤੁਸੀਂ ਆ ਆਰਡਰ ਦੀ ਕੁਆਲਿਟੀ ਤਾਂ ਕੱਦ ਕਾਠੀ ਸੋਹਣਾ, ਬੱਚੀ ਦਾ ਨਵੀਂ ਆ ਵੀ ਪਹਿਲਣ ਬੱਚੀ ਸੂਈ ਆ, ਠੀਕ ਆ ਜੀ, ਅਤੇ ਬੱਚਾ ਨਹੀਂ ਹੈਗਾ ਬਿਨ ਬੱਚੇ ਤੋਂ। ਇਸੇ ਤਰ੍ਹਾਂ ਭਾੜੇ ਵੰਡੇ ਚਾਟ 'ਤੇ ਮਿਲਦੀ ਨਾ ਜੀ, ਠੀਕ ਹੈ ਜੀ, ਠੀਕ ਹੈ ਜੀ, ਆ ਕਰੋ ਚੈੱਕ ਠੀਕ ਹੈ ਜੀ। ਲਓ ਜੀ, ਸੋ ਦੋਸਤੋ ਇਹ ਮੱਛੀ ਕਿਸੇ ਵੀਰ ਨੂੰ ਚਾਹੀਦੀ ਆ, ਘਰੇਲੂ ਵੀਰ ਨੇ ਰੱਖਣੀ ਆ ਅਤੇ ਰੇਟ ਭਾਅ ਪੜਤਾ ਵੀ ਜਾਇਆ ਜੀ। ਬਾਕੀ ਪੁੱਛਦੇ ਹਾਂ ਵੀਰ ਕਿੰਨੇ ਕੁ ਦੀ ਲੈਣ ਦੇਣ ਦਾ ਫਿਰ ਕੀ ਕੀਤਾ? ਬਾਕੀ ਸੌਦਾ ਕਰ ਲਿਓ, ਸੰਪਰਕ ਕਰ ਲਿਓ, ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਿਹਾ। ਮੱਛੀ ਪਸੰਦ ਆਊਗੀ ਤੁਹਾਨੂੰ, 13-14 ਲੀਟਰ ਜਿਹੜਾ ਦੁੱਧ ਨੋਰਮਲੀ ਆ, 15 ਵੀ ਕਰ ਦੋਗੇ, ਬਾਕੀ 14 ਲੀਟਰ ਜਿਹੜਾ ਤੁਸੀਂ ਆਣ ਕੇ ਚੋ ਲੈਣਾ, ਠੀਕ ਆ, ਠੀਕ ਆ। ਅੱਛਾ ਵੀਰ ਜੀ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦਿਓ ਜੀ। 84-93-98-49, ਠੀਕ ਆ ਜੀ, ਹਾਂਜੀ, ਇਹ ਨੰਬਰ ਜਿਹੜੇ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਕਰਦੇ ਨੇ ਆ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵੀਰ ਬੂਟੇ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਹੋਰ ਮਤਲਬ ਕਿਸੇ ਵੀਰ ਨੇ ਜੇਕਰ ਔਨਲਾਈਨ ਵੀ ਪਸ਼ੂ ਖਰੀਦਣਾ ਅਤੇ ਚੁਆਈ ਦੇ ਲਈ ਜੇਕਰ ਤੁਸੀਂ ਵੀਡੀਓ ਕਾਲ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰਕੇ
ਗੱਲਬਾਤ ਕਰ ਸਕਦੇ ਹੋ। ਠੀਕ ਹੈ, ਦੀ ਆਪਣੀ ਗਾਰੰਟੀ ਹੋਊਗੀ, ਕੋਈ ਥਾਂ ਬਾਅਦ ਦਾ ਕਾਰਡ ਪੂਰਾ ਛੱਟਾ ਤੁਹਾਡੀ ਬੋਲੀ ਦੀ ਗਾਰੰਟੀ ਦੁੱਧ ਦੀ ਵਾਰ ਗਾਰੰਟੀ ਹੋਊਗੀ ਜੀ। ਜੇ ਕਿਸੇ ਆਨਲਾਈਨ ਵੀ ਕਰਦਾ ਹੋਵੇ ਕੰਮ ਤੇ ਵੀ ਹੈ, ਬਿਲਕੁਲ ਜੀ, ਹਾਂਜੀ ਹਾਂਜੀ, ਉਹਦਾ ਆਪਾਂ ਮੰਨ ਲਓ ਕਿ ਆਪਣੀ ਗਾਰੰਟੀ ਤੇ ਹੀ ਹੈ ਜਿਵੇਂ ਆਨਲਾਈਨ ਤਾਂ ਹੋਣਾ, ਹਾਂ ਉਹ ਆਨਲਾਈਨ ਹੋਗਾ ਆਪਣੀ ਗਾਰੰਟੀ ਤੇ ਹੋਊਗਾ। ਠੀਕ ਹੈ ਵੀਰ, ਹਾਂਜੀ ਠੀਕ ਹੈ। ਤੇ ਇਹ ਨਾਗ ਸੀ ਦੋਸਤੋ, ਆ ਦੋ ਤਾਂ ਬਿਲਕੁਲ ਜਿਹੜੇ ਅੱਗੇ ਤਿਆਰੀ ਦੇ ਵਿੱਚ ਨੇ, ਜੇਕਰ ਕਿਸੇ ਵੀਰ ਨੇ ਇਹ ਖਰੀਦਣੇ ਆ ਤੁਸੀਂ ਇਹ ਵੀ ਮੰਗਾ ਸਕਦੇ ਹੋ। ਇਹ ਸਭ ਤੋਂ ਸਾਰੇ ਕੋਲ ਕਰਦੇ ਗੱਤਕਾਂ ਨਾ, ਕਰੋਸ ਜਾਂ ਗਰਾਫੀਆਂ ਗਰਮੀ ਚੱਲਣ ਵਾਲੀਆਂ ਇਹ ਬੈਂਡ ਫੂਡ ਵੀ ਚੰਗੀ ਹੁੰਦੀ ਹੈ, ਬਿਲਕੁਲ ਹਾਂਜੀ, ਕਰੋਸ ਆਂਗਾ ਐਚ ਐਫ ਕਰੋਸ ਆਂਗ ਦੇ ਵਿੱਚ ਨੇ, ਕਰੋਸ ਆਂਗ ਦੇ ਵਿੱਚ, ਠੀਕ ਆ। ਤੇ ਇਹ ਪਸ਼ੂ ਸੀ ਅੱਜ ਵੀਰ ਦੇ ਕੋਲ, ਠੀਕ ਆ ਜੀ। ਬਾਕੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।